ਸੜਕਾਂ ਤੇ ਕੁੜੀਆਂ ਨਾਲ ਛੇੜਛਾੜ ਕਰਦੇ ਭੂੰਡਾਸ਼ਕ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਪਰ ਇਹਨਾਂ ਭੂੰਡਾਸ਼ਕਾਂ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ। ਜੋ ਇੱਕ ਨਣਾਨ ਭਰਜਾਈ ਦੇ ਪਿੱਛੇ ਪਿੱਛੇ ਭੂਤ ਬੰਗਲੇ ਦੇ ਅੰਦਰ ਹੀ ਚਲੇ ਗਏ ਤੇ ਹਨੇਰੇ ਦਾ ਫਾਇਦਾ ਚੁੱਕ ਕੇ ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗੇ, ਜਿਸ ਤੋਂ ਬਾਅਦ ਨਣਾਨ ਭਰਜਾਈ ਨੇ ਚੀਕਾਂ ਤਾਂ ਮਾਰੀਆਂ ਪਰ ਨਾਲ ਹੀ ਇਹਨਾਂ ਦੋਨਾਂ ਭੂੰਡਾਸ਼ਕਾਂ ਦਾ ਡਟ ਕੇ ਮੁਕਾਬਲਾ ਵੀ ਕੀਤਾ, ਖੂਬ ਘਸੁੰਨ ਮੁੱਕੇ ਵੀ ਮਾਰੇ। ਨਣਾਨ ਭਰਜਾਈ ਦੀਆਂ ਚੀਕਾਂ ਸੁਣ ਕੇ ਗਾਰਡ ਵੀ ਉੱਥੇ ਆ ਗਿਆ ਤੇ ਉਹਨੇ ਭੂਤ ਬੰਗਲੇ ਦਾ ਦਰਵਾਜ਼ਾ ਖੋਲ ਦਿੱਤਾ, ਜਿਸ ਤੋਂ ਬਾਅਦ ਨਣਾਨ ਭਰਜਾਈ ਬਾਹਰ ਆਈਆਂ ਤੇ ਉਹਨਾਂ ਨੇ ਸਾਰੀ ਗੱਲ ਦੱਸੀ। ਦਰਅਸਲ ਨਣਾਨ ਭਰਜਾਈ ਆਪਣੇ ਪਤੀ ਦੇ ਨਾਲ ਇੱਕ ਮੇਗਾ ਮਾਲ ਦੇ ਵਿੱਚ ਘੁੰਮਣ ਦੇ ਲਈ ਗਏ ਸਨ, ਜਿੱਥੇ ਦੋਵੇਂ ਨਣਾਨ ਭਰਜਾਈ ਇੱਕ ਭੂਤ ਬੰਗਲੇ ਦੇ ਵਿੱਚ ਅੰਦਰ ਚਲੇ ਗਏ। ਉਹਨਾਂ ਦੇ ਪਿੱਛੇ ਹੀ ਦੋ ਹੋਰ ਭੂੰਡਾਸ਼ਕ ਆਨਲਾਈਨ ਟਿਕਟ ਲੈ ਕੇ ਭੂਤ ਬੰਗਲੇ ਦੇ ਅੰਦਰ ਵੜ ਗਏ ਤੇ ਮੌਕੇ ਦਾ ਫਾਇਦਾ ਚੁੱਕ ਕੇ ਦੋਨਾਂ ਨਣਾਨ ਭਰਜਾਈ ਦੇ ਨਾਲ ਛੇੜਛਾੜ ਕਰਨ ਲੱਗੇ, ਜਿਸ ਤੋਂ ਬਾਅਦ ਇਹਨਾਂ ਦੋਨਾਂ ਨੇ ਚੀਕਾਂ ਵੀ ਮਾਰੀਆਂ ਅਤੇ ਇਹਨਾਂ ਭੂੰਡਾਸ਼ਕਾਂ ਦਾ ਡਟ ਕੇ ਮੁਕਾਬਲਾ ਵੀ ਕੀਤਾ। ਚੀਕਾਂ ਦੀ ਆਵਾਜ਼ ਸੁਣ ਕੇ ਗਾਰਡ ਨੇ ਭੂਤ ਬੰਗਲੇ ਦਾ ਦਰਵਾਜ਼ਾ ਖੋਲਿਆ ਤੇ ਇਹਨਾਂ ਦੋਨਾਂ ਨੂੰ ਬਾਹਰ ਕੱਢਿਆ। ਜਦੋਂ ਤੱਕ ਨਣਾਨ ਭਰਜਾਈ ਬਾਹਰ ਆਈਆਂ ਤਾਂ ਇਹ ਭੂੰਡਾਸ਼ਕ ਉੱਥੋਂ ਫਰਾਰ ਹੋ ਚੁੱਕੇ ਸਨ। ਤਾਂ ਫਿਰ ਵਿਆਹੁਤਾ ਨੇ ਆਪਣੇ ਪਤੀ ਨੂੰ ਦੱਸਿਆ ਕਿ ਉਸਦੇ ਨਾਲ ਤੇ ਉਸਦੀ ਭੈਣ ਦੇ ਨਾਲ ਛੇੜਛਾੜ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਦੋਨਾਂ ਭੂੰਡਾਸ਼ਕਾਂ ਦੇ ਖਿਲਾਫ FIR ਦਰਜ ਕੀਤੀ ਗਈ। CCTV ਤਸਵੀਰਾਂ ਦੇ ਵਿੱਚ ਇਹ ਦੋਵੇਂ ਭੂੰਡਾਸ਼ਕ ਨਜ਼ਰ ਵੀ ਆਏ ਨੇ, ਜਿਨ੍ਹਾਂ ਨੇ ਨਣਾਨ ਭਰਜਾਈ ਦੇ ਨਾਲ ਛੇੜਛਾੜ ਕੀਤੀ ਹੈ। ਹਾਲਾਂਕਿ ਇੱਥੇ ਭੂਤ ਬੰਗਲੇ ਦੇ ਸੰਚਾਲਕ ਨੇ ਕਿਹਾ ਹੈ ਕਿ ਉਸਦੇ ਵੱਲੋਂ ਸਾਰੀ CCTV ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਉਸੇ ਫੁਟੇਜ ਦੇ ਆਧਾਰ ਤੇ ਇਹਨਾਂ ਦੋਨਾਂ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ। ਪਾਣੀਪਤ ਦੇ ਹੀ ਇੱਕ ਮੇਗਾ ਮਾਲ ਦੇ ਵਿੱਚ ਭੂਤ ਬੰਗਲਾ ਹੈ, ਜਿੱਥੇ ਨਣਾਨ ਭਰਜਾਈ ਤੇ ਪਤੀ ਤਿੰਨੋਂ ਜਣੇ ਘੁੰਮਣ ਗਏ ਸੀ ਤੇ ਨਣਾਨ ਭਰਜਾਈ ਭੂਤ ਬੰਗਲੇ ਦੇ ਅੰਦਰ ਭੂਤ ਦੇਖਣ ਚਲੇ ਗਏ, ਪਰ ਇਸ ਦੌਰਾਨ ਪਿੱਛੇ ਪਿੱਛੇ ਦੋ ਭੂੰਡਾਸ਼ਕ ਵੀ ਆਨਲਾਈਨ ਟਿਕਟ ਲੈ ਕੇ ਅੰਦਰ ਵੜ ਗਏ ਤੇ ਹਨੇਰੇ ਦੇ ਵਿੱਚ ਨਣਾਨ ਭਰਜਾਈ ਦੇ ਨਾਲ ਛੇੜਛਾੜ ਕਰਨ ਲੱਗ ਗਏ, ਅਸ਼ਲੀਲ ਹਰਕਤਾਂ ਕਰਨ ਲੱਗ ਗਏ। ਤਾਂ ਦੋਨਾਂ ਨਣਾਨ ਭਰਜਾਈਆਂ ਨੇ ਚੀਕਾਂ ਮਾਰੀਆਂ ਤਾਂ ਗਾਰਡ ਨੇ ਜਾ ਕੇ ਭੂਤ ਬੰਗਲੇ ਦਾ ਦਰਵਾਜ਼ਾ ਖੋਲ ਦਿੱਤਾ, ਜਿਸ ਤੋਂ ਬਾਅਦ ਸਭ ਤੋਂ ਪਹਿਲੇ ਇਹ ਭੂੰਡਾਸ਼ਕ ਹੀ ਉੱਥੋਂ ਫਰਾਰ ਹੋਏ, ਜਿਸ ਤੋਂ ਬਾਅਦ ਨਣਾਨ ਭਰਜਾਈ ਵੀ ਬਾਹਰ ਆਏ ਤੇ ਉਹਨਾਂ ਨੇ ਪਤੀ ਨੂੰ ਦੱਸਿਆ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਛੇੜਛਾੜ ਹੋਈ ਹੈ। ਹਾਲਾਂਕਿ ਉਹਨਾਂ ਦੇ ਵੱਲੋਂ ਕਾਫੀ ਤਲਾਸ਼ ਕੀਤੀ ਗਈ ਮਾਲ ਦੇ ਵਿੱਚ ਇਹਨਾਂ ਦੋਨਾਂ ਬਦਮਾਸ਼ਾਂ ਦੀ, ਪਰ ਇਹ ਦੋਵੇਂ ਉੱਥੋਂ ਫਰਾਰ ਹੋ ਚੁੱਕੇ ਸਨ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪੁਲਿਸ ਨੇ FIR ਦਰਜ ਕਰ ਲਈ ਹੈ ਤੇ CCTV ਫੁਟੇਜ ਦੇ ਆਧਾਰ ਤੇ ਇਹਨਾਂ ਬਦਮਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਦੇਖੋ, ਮੇਰਾ ਜੋ ਸਹਿਯੋਗ ਬਣਦਾ ਤਾਂ ਮੈਨੇ ਆਪਣੀ ਤਰਫ ਸੇ ਪੂਰੀ ਕਾਰਵਾਈ ਕਰਨੇ ਕੇ ਲਈ, ਮੈਂ ਜੈਸੇ ਵੀ ਪੁਲਿਸ ਮੇਰੇ ਕੋ ਕੋਲ ਕਰੇਗੀ ਮੈਂ ਔਨ ਦਾ ਸਪੋਰਟ ਵਹਾਂ ਮਿਲੂੰਗ੾। ਵੈਸੇ ਹਮਨੇ ਸਿਕਿਉਰਟੀ ਕੀ ਤਰਫ ਸੇ ਹਮਨੇ ਸਿਕਿਉਰਟੀ ਯਦਿ ਲੇਡੀਜ਼ ਲੜਕੀ ਕੀ ਕੋਈ ਇਨਫੋਰਮੇਸ਼ਨ ਮਿਲਤੀ ਜਾਂ ਹੰਟਿਡ ਹਾਊਸ ਕੋਈ ਹਮੇ ਇਨਫੋਰਮੇਸ਼ਨ ਦੇਤਾ ਤੋ ਹਮ ਉਸੀ ਟਾਈਮ ਤੋਂ ਪੁੱਛ ਲੇਤੇ। ਹਾਲਾਂਕਿ ਹਮਾਰੀ ਸਿਕਿਉਰਟੀ 24x7 ਰਹਿਤੀ ਹੈ। ਹਮਨੇ ਜਬ ਇਨਫੋਰਮੇਸ਼ਨ ਮਿਲੀ ਉਨਕੇ ਫੈਮਿਲੀ ਕੇ ਥਰੂ ਹਮਨੇ ਔਨ ਦਾ ਸਪੋਰਟ ਉਨਪੇ ਸਾਰੀ ਵੀਡੀਓਜ਼ ਵਗੈਰਾ ਸਾਰੀ ਚੀਜ਼ੇ ਦਿਖਾਈ ਹਮਨੇ। ਹਮਨੇ ਇਹ ਨਹੀਂ ਸੋਚਾ ਕਿਉਂਕਿ ਜੋ ਗਲਤ ਕਾਮ ਕਰਤਾ ਹੈ ਉਸਕਾ ਹਮ ਗਲਤ ਕਭੀ ਨਹੀਂ ਸੋਚੇਂਗੇ। ਹਮ ਚਾਹਤੇ ਹੈ ਕਿ ਉਨਕੇ ਸਾਥ ਜਲਦੀ ਸੇ ਜਲਦੀ ਕਾਰਵਾਈ ਕੀ ਜਾਏ। ਕੁਛ ਫੁਟੇਜ ਵੀ ਬਤਾ ਰਹੇ ਹੈ ਕਿ ਅੰਦਰ ਬਾਹਰ ਕੀ ਫੁਟੇਜ ਥੀ। ਜੋ ਕੈਮਰੇ CCTV ਕੈਮਰੇ ਲਗੇ ਹੋਏ ਹੈ ਉਨਮੇ ਫੁਟੇਜ ਹਮਨੇ ਪ੍ਰਸ਼ਾਸਨ ਕੋ ਦੇ ਦੀ ਗਈ। CCTV ਮੈਂ ਹੈ ਕਹਿ ਦੀਏ ਸਰ। ਹਾਂ, CCTV ਮੈਂ ਸਾਰੀ ਚੀਜ਼ੇ ਉਨਕੇ ਸਾਥ ਬਦਤਮੀਜ਼ੀ ਕਰ। CCTV ਮੈਂ ਕਹਿ ਦੇ ਉਹ ਜੋ ਵੀ ਕਾਰਵਾਈ ਕਰ ਰਹੇ ਥੇ ਉਹ ਮਤਲਬ ਹਾਥਾਪਾਈ ਹੋਈ ਥੀ, ਇਤਨਾ ਉਹ ਬੰਦੇ ਬਾਹਰ ਆ ਗਏ ਉਸਮੇ CCTV ਮੈਂ ਨਜ਼ਰ ਆ ਰਿਹਾ ਹੈ। ਬਸ ਇਹ ਕਾਰਵਾਈ ਹੋਈ ਥੀ। ਹਮ ਤਾਂ ਸਫਾਈ ਹੋ ਚੁੱਕੀ ਹੈ। ਉਹ ਆਈਡੈਂਟੀਫਾਈ ਅਭੀ ਪੁਲਿਸ ਕਰ ਹੀ ਰਹੀ ਹੈ, ਹਮੇ ਤੋ ਪਤਾ ਨਹੀਂ ਚਲਾ, ਸਕਲ ਸੇ ਹਮ ਪਹਿਚਾਨ ਨਹੀਂ ਪਾ ਰਹੇ। ਕਿਆ ਨਾਮ ਹੈ ਆਪਕਾ? ਭੁਪਿੰਦਰ। ਕਿਆ ਪਦ ਰਹੇ ਹੈ ਆਪ? ਮੈਂ ਮੈਨੇਜਮੈਂਟ ਸਰ, ਭੁਪਿੰਦਰ।